ਰਾਂਦੇ ਯਾਰ ਨਬੀ ਦੇ ਸਾਰੇ ਘਰ ਘਰ ਗਿਰਿਆ ਸਾਰੇ ਰਾਂਦੇ ਯਾਰ ਨਬੀ ਦੇ ਸਾਰੇ ਘਰ ਘਰ ਗਿਰਿਆ ਸਾਰੇ ਸਰਵਰ ਦੇ ਦਫਨਾਵਣ ਕਾਰਨ ਕਰਦੇ ਫੇਰ ਤਿਆਰੇ ਅੱਛਾ ਸਵਾਰੇ ਅੱਲਾ ਕੋ ਨਵੀ ਫੌਤ ਹੋ ਗਿਓ ਅਦਾ ਫਿਰ ਬੜਾ ਰੋਇਆ ਰਾਇਆ ਵਿੱਚ ਲੋਕ ਵੋ ਆਖਰਕਾਰ ਫਿਰ ਆਹ ਗੱਲ ਹੋਈ ਕਿ ਅੱਲਾ ਕੇ ਨਬੀ ਨੇ ਜਿੱਕਣ ਵਸੀਅਤ ਕੀ ਤੀ ਕਿ ਮੈਂ ਜਿਸ ਵੇਲੇ ਫੌਤ ਹੋ ਜਾਊਂਗਾ ਔਰ ਮੈਨੂੰ ਗੁਸਲ ਕਰਕੇ ਅਤੇ ਮੇਰੇ ਉੱਪਰ ਕਫਨ ਡਾਲ ਕੇ ਅਤੇ ਮੇਰੀ ਮੈਯਤ ਨੂੰ 3 ਦਿਨ ਹੀ ਦਫਨ ਕਰੀਓ ਖੁਦ ਅੱਲਾ ਕੇ ਨਬੀ ਨੇ ਫਰਮਾਇਓ ਸਭ ਦੀ ਪਹਿਲਾਂ ਮੇਰੋ ਦਨਾਜ਼ੋ ਅੱਲਾ ਨੇ ਕਰਨਾ ਫਿਰ ਜਿਬਰਾਈਲ ਨੇ ਕਰਨਾ ਫਿਰ ਮੇਕਾਇਲ ਨੇ ਕਰਨਾ ਫਿਰ ਇਜ਼ਰਾਈਲ ਨੇ ਕਰਨਾ ਫਿਰ ਇਸਰਾਫੀਲ ਨੇ ਕਰਨਾ ਫਿਰ ਤਮਾਮ ਫਰਿਸ਼ਤਾ ਨੇ ਕਰਨਾ ਫਿਰ ਜ਼ਮੀਨ ਕਾ ਲੋਕਾਂ ਨੇ ਕਰਨਾ ਫਿਰ ਆਸਮਾਨ ਕਾ ਫਰਿਸ਼ਤਾ ਨੇ ਕਰਨਾ ਫਿਰ ਮਛਲੀਆਂ ਨੇ ਕਰਨਾ ਮਿਸਾਲ ਹੈ ਜਿਹੜੇ ਤਮਾਮ ਚੀਜ਼ ਨੇ ਮੇਰੋ ਆ ਗਏ ਦਿਨਾਜ਼ੋ ਕਰਨਾ ਜਿੰਨਾਤ ਨੇ ਕਰਨਾ ਹਵਾ ਨੇ ਕਰਨਾ ਤਮਾਮ ਚੀਜ਼ ਨੇ ਮੇਰੋ ਦਿਨਾਜ਼ੋ ਮਗਰ ਮੇਰੋ ਦਿਨਾਜ਼ੋ ਮਰਦ ਔਰਤਾਂ ਨੇ ਵੀ ਕਰਨਾ ਆਪਣੇ ਦਿਨਾਜ਼ੋ ਕਰਕੇ ਵਾਪਸ ਲੋਕ ਜਾਤਾ ਰਿਹਾ ਕੋਈ ਜਮਾਤ ਨਹੀਂ ਕੋਈ ਇਮਾਮ ਨਹੀਂ ਆਪਣੇ ਆਪਣੇ ਆ ਕੇ ਦਿਨਾਜ਼ੋ ਕੀ ਹੋ ਗਿਆ ਦਿਨਾਜ਼ੋ ਕੀ ਹੋ ਗਿਆ ਦਿਨਾਜ਼ੋ ਕੀ ਹੋ ਗਿਆ ਇੱਕ ਲੋਕ ਆਤਾ ਰਿਹਾ ਅਤੇ ਜਾਤਾ ਰਿਹਾ 3 ਦਿਨ ਗੁਜ਼ਰ ਗਿਆ 3 ਦਿਨ ਦੇ ਬਾਅਦ ਜਾ ਕੇ ਹਡਰ ਥੋ ਅੱਲਾ ਕਾ ਨਬੀ ਨਾ ਉਸ ਰੋਜ਼ਾ ਪਾ ਕੇ ਅੰਦਰ ਸ਼ਾਮੀ ਕਵਰ ਕੇ ਅੰਦਰ ਰੱਖਣ ਹੁਣ ਦਫਨਾਉਣ ਦੀ ਤਿਆਰੀ ਲੱਗਾ ਕਰਨ ਅਸਕਾ ਵੀ ਹਜ਼ਰਤ ਸ਼ਾਹ ਅਲੀ ਤੇ ਦੂਜਾ ਸ਼ਾਹ ਬਾਸ ਪਛਾਣੀ ਹਜ਼ਰਤ ਸ਼ਾਹ ਅਲੀ ਤੇ ਦੂਜਾ ਸ਼ਾਹ ਬਾਸ ਪਛਾਣੀ ਲਾਗੇ ਗੁਜ਼ਲ ਨਬੀ ਨੂੰ ਦੇਵਣ ਦੋਨੇ ਲੈ ਕੇ ਪਾਣੀ ਕੀਤਾ ਪਰਦਾ ਲੋਕ ਕੋਲ ਬਾਗ ਨਵੀ ਸਰਵਰ ਦੇ ਕੀਤਾ ਪਰਦਾ ਲੋਕ ਕੋਲ ਬਾਗ ਨਵੀ ਸਰਵਰ ਦੇ ਗੁਜਰੇ ਦੇ ਦਰਵਾਜ਼ੇ ਸਾਰੇ ਬੰਦ ਅਲੀ ਜਾ ਕਰਦਾ ਆ ਗਿਆ ਇੱਕ ਆਵਾਜ਼ ਗੈਬ ਗੁਸਲ ਦੇ ਮਨ ਜਦ ਲੱਗੇ ਆ ਗਿਆ ਗੈਬ ਆਵਾਜ਼ ਗੈਬ ਗੁਸਲ ਦੇ ਮਨ ਜਦ ਲੱਗੇ ਉਹ ਬਦਨ ਮੇਰਾ ਨਾ ਪਾਗਨ ਵੇਦਾ ਕਿਸੇ ਨਾ ਨੀਠਾਈ ਅੱਗੇ ਜਿਸ ਵੇਲੇ ਅੱਲਾ ਕੇ ਨਬੀ ਨੂੰ ਮਦੀਨਾ ਕੇ ਅੰਦਰ ਗੁਸਲ ਲੱਗਾ ਦੇਣ ਇੱਕ ਤਾਂ ਹਜ਼ਰਤ ਅਲੀ ਦੇਣ ਲੱਗੋ ਇੱਕ ਇਬਨ ਇਬਾਸ ਦੇਣ ਲੱਗੋ ਇਬਨ ਇਬਾਸ ਕੌਣ ਹੈ ਔਰ ਅਲੀ ਕੌਣ ਹੈ ਇਬਨ ਇਬਾਸ ਨਬੀ ਪਾਕੋ ਸਗੋ ਚਾਚੋ ਔਰ ਹਜ਼ਰਤ ਅਲੀ ਨਬੀ ਪਾਕੋ ਚੌਥੋ ਯਾਰ ਵੀ ਹੈ ਔਰ ਚਾਚਾ ਕੋ ਲੜਕੋ ਵੀ ਹੈ ਔਰ ਜਮਾਤਰੋ ਵੀ ਹੈ
ਦੋਵੇਂ ਗੁਸਲ ਦੇਣ ਲੱਗਾ ਅੱਲਾਹ ਕਾ ਨਬੀ ਨੂੰ। ਜਿਸਲੇ ਹਿਜਰਾ ਕਾ ਦਰਵਾਜ਼ਾ ਬੰਦ ਕੀਆ, ਜਿਸਲੇ ਅੱਲਾਹ ਕਾ ਨਬੀ ਕੇ ਉੱਪਰ ਸਿਰ ਪਰਦੋ ਡਾਲਿਓ ਔਰ ਗੁਸਲ ਦੇਣ ਕੀ ਤਿਆਰੀ ਹੋਈ, ਇੰਨਾ ਚਿਰ ਨੂੰ ਗਜ਼ਬ ਕੋ ਆਵਾਜ਼ ਆਇਓ, ਇੱਕ ਬੜੋ ਜ਼ੋਰ ਕੋ ਆਵਾਜ਼ ਆਇਓ, ਇੱਕ ਬੜੋ ਜੋਸ਼ ਕੋ ਆਵਾਜ਼ ਆਇਓ ਔਰ ਇੱਕ ਐਸੋ ਸੋਹਣੋ ਆਵਾਜ਼ ਆਇਓ, ਅਗੀ ਤਮ ਕਿਦੇ ਗੁਸਲ ਦੇਣ ਵਾਲਿਓ ਨਬੀ ਕਾ ਬਦਨ ਸਤਰ ਨੂੰ ਨਹੀਂ ਦੇਖ ਲਿਓ, ਅੱਜ ਤੁੜੀ ਨਹੀਂ ਹੋ ਕਿਸੇ ਨੇ ਡਿੱਠੋ ਔਰ ਤਮ ਵੀ ਨਹੀਂ ਦੇਖ ਲਿਓ। ਔਰ ਫਿਰ ਅਲੀ ਨੇ ਕੀ ਕੀਓ, ਬੜੋ ਇੱਕ ਕੱਪੜੋ ਲਿਓ ਔਰ ਉਹ ਗਿੱਟਾਂ ਦੇ ਲੈ ਕੇ ਗਲ ਤੁੜੀ ਪਾੜਿਓ ਉੱਪਰ ਔਰ ਗੁਸਲ ਦੇਣ ਲੱਗਾ। ਅਤੇ ਆਹ ਗੱਲ ਮੈਂ ਅੱਜ ਵੀ ਕਹੂੰ ਅੱਲਾਹ ਕਾ ਨਬੀ ਕੀ ਸੁੰਮਤ ਨੂੰ ਕਿ ਜਿਸਲੇ ਕੋਈ ਮਈਅਤ ਨੂੰ ਗੁਸਲ ਦੇ ਮਰਦ ਔਰਤ ਔਰ ਉਸਕਾ ਸਤਰ ਨੂੰ ਨਹੀਂ ਦੇਖੇ ਗੁਸਲ ਦੇਣ ਵਾਲੋ ਵੀ, ਸਤਰ ਕਿੰਨੋ ਹੈ ਤੁਹਾਨੂੰ ਮੈਂ ਹਦੀਸ ਪਹਿਲਾਂ ਵੀ ਸੁਣਾ ਚੁੱਕਾ ਹੋਣਾ, ਮਰਦ ਕੋ ਸਤਰ ਕੀ ਹੈ, ਔਰਤ ਕੋ ਸਤਰ ਕੀ ਹੈ, ਇਸ ਹਦੀਸ ਕੇ ਉੱਪਰ ਅਮਲ ਕਰਨਾ ਚਾਹੀਏ ਇਨਸਾਨ ਨੇ। ਮਗਰ ਵਾਦ ਗੱਲ ਮਈਅਤ ਕੀ ਆ ਗਈ, ਅੱਜ ਕੱਲ੍ਹ ਲੋਕ ਇਸ ਜਗ੍ਹਾ ਦੇ ਵਿੱਚ ਆਪਣਾ ਆਪਣਾ ਘਰਾਂ ਦੇ ਵਿੱਚ ਆਪਣਾ ਆਪਣਾ ਮਹੱਲਾਂ ਦੇ ਵਿੱਚ ਆਪਣਾ ਨਲਕਾਂ ਬੰਬੀਆਂ ਮੋਟਰਾਂ ਦੇ ਉੱਪਰ ਐਸਾ ਵੀ ਨਹਾ ਲਏ ਲੋਕ, ਕੱਛੋ ਲਾ ਲਿਓ ਮਰਦ ਨਹਾ ਲਾ ਪਿਓ, ਔਰਤ ਕਿੱਠੀ ਹੋਈ ਦੋ ਤਰੇ ਔਰਤਾਂ ਨੇ ਪੜ੍ਹ ਦਿਓ ਕੀ ਹੋ, ਇੱਕ ਵਿੱਚ ਨਾ ਯਾਰ ਲੱਗੀ, ਐਸੋ ਨਾ ਨੋ ਜਾਇਜ਼ ਨਹੀਂ ਹੈ ਨਾ ਮਰਦ ਵਾਸਤੇ ਨਾ ਔਰਤ ਵਾਸਤੇ। ਅਗਰ ਔਰਤ ਨੇ ਨਹਾਉਣਾ ਹੋ ਅਦਾ ਜਾਂ ਕੱਪੜੇ ਸਮੇਤ ਨਾ ਲਏ ਔਰ ਜਾਂ ਫਿਰ ਜੇ ਤਾਂ ਕੋਈ ਔਰਤ ਮਰਦ ਨਹੀਂ ਦੇਖੇ ਉਸ ਸੁੰਨੀ ਜਗ੍ਹਾ ਕਮਰਾ ਕੇ ਅੰਦਰ ਨਾ ਲਏ ਜਾਂ ਫਿਰ ਰਾਤ ਕਾ ਜ਼ਮਾਨਾ ਵਿੱਚ ਨਾ ਲਏ ਤਾਂ ਬਿਰਹਾਨੀ ਉੱਗ ਨਾ ਸਕੇ। ਅਗਰ ਮਰਦ ਨੇ ਵੀ ਨਹਾਉਣਾ ਹੋ ਇਸੇ ਤਰੀਕਾ ਨਾਲ ਨਹਾ ਸਕੇ, ਮਰਦ ਵੀ ਆਪਣਾ ਸਤਰ ਨੂੰ ਨਹੀਂ ਦੱਸੇ, ਸਤਰ ਮਰਦ ਕੋ ਨਾਫ ਗੁੱਡੂ ਦੇ ਲੈ ਗਏ ਦੋਨਾਂ ਜਨੂਆਂਗਾ ਹੇਠ ਤੁੜੀ ਇਤਨਾ ਪਰਦੋ ਕਰ ਲਏ ਫਿਰ ਨਾ ਲਏ, ਆਖਰਕਾਰ ਕਦੇ ਇਨਸਾਨ ਇਸਦੀ ਵੀ ਜ਼ਿਆਦਾ ਪਰਹੇਜ਼ ਕਰਨਾ ਚਾਹੇ ਤਾਂ ਵੀ ਹੋ ਸਕੇ। ਮੈਂ ਜਿਸ ਬਸਤੀ ਦੇ ਅੰਦਰ ਉਹ 30 ਡੇਰਾ ਹੈ, 30 ਡੇਰਾ ਗੁਜਰਾਂਗਾ ਹੈ, 4 ਮੋਟਰ ਲੱਗੀ, ਇੱਕ ਕੈਟ ਪੰਪ ਲੱਗੋ, ਤਾਂ ਕਿਸੇ ਨੂੰ ਵੀ 30 ਡੇਰਾਂ ਦਾ 200 ਆਦਮੀ ਹੈ ਮੇਰਾ ਮਹੱਲਾ ਦੇ ਅੰਦਰ, ਤਾਂ ਕਸਮ ਦੇ ਕੇ ਪੁੱਛ ਲਿਓ 20 ਸਾਲ ਕੋ ਮੌਲਵੀ ਸੈਫੂ ਹੈ ਤੇਰੇ ਕਦੇ ਤਾਂ ਉਹਨੇ ਨਲਕਾ ਦੇ ਉੱਪਰ ਕੱਪੜਾ ਲਾ ਕੇ ਵੀ ਨਾ ਧੋ ਡਿੱਠੋ, ਬੜੀ ਬੜੀ ਗਰਮੀ ਹੋਏ ਆੜ ਜੇਠ ਕਾ ਰੋਜ਼ਾ ਰੱਖਿਆ ਸਾਹਮਣਗਾ ਤੇ ਸਾਰੀ ਦੁਨੀਆ ਨਲਕਾ ਗੇਟ ਮੋਟਰਾਂ ਗੇਟ ਬੰਬੀਆਂ ਵਿੱਚ ਔਰ ਟੈਂਕੀਆਂ ਦੇ ਵਿੱਚ ਜਾ ਕੇ ਨਹਾਵੇ ਸੀ, ਕਦੇ ਤਮ ਕਦੇ ਗੁਆਹੀ ਲੈ ਲਿਓ 200 ਆਦਮੀ ਕੋਲਾਂ ਦੀ, ਇੱਕ ਆਦਮੀ ਵੀ ਆਵਾ ਕਰ ਗੁਆਹੀ ਦੇਣ ਹੈ ਕਿ 20 ਸਾਲ ਗਾਵੇਂ ਤਾਂ ਬਸਿਆ ਨਾ ਲੱਗਾ ਇਸ ਗਰਾਂ ਦੇ ਅੰਦਰ ਔਰ ਉਹਨੇ ਮੌਲਵੀ ਸੈਫ ਉਰੇ ਆਪਣੇ ਅੱਖੇ ਡਿੱਠੋ ਤਾਂ ਹੈ ਉਸਨੇ ਕੱਪੜਾ ਥਾ ਲਾਇਆ ਮਗਰ ਨਾ ਯਾਰੇ ਨਲਕਾ ਕੇ ਥੱਲੇ ਤੋਂ ਦੇਖਿਆ ਰੇ ਮਹੱਲਾ ਗਈ ਔਰਤ ਥੀ ਜਾਂ ਮਹੱਲਾ ਕਾ ਮਰ ਥਾ, ਐਸੋ ਨਹੀਂ ਕਰ ਸਕਦਾ ਤਮ, ਐਸੀ ਗੁਆਹੀ ਤਮ ਨਹੀਂ ਲੈ ਸਕਦਾ ਮੇਰਾ ਮਹੱਲਾ ਦੇ। ਅਤੇ ਜੇ ਮੈਂ ਮਰਦ ਬਣ ਗਿਆ ਨਹੀਂ ਨਾ ਤੋ ਕਿਸੇ ਦੇ ਸਾਹਮਣੇ, ਔਰਤ ਬਣ ਕੇ ਕਿਉਂ ਨਹਾਵੇ ਲੋਕ, ਬੜੀ ਜਗ੍ਹਾ ਡਿੱਠੀ ਮਿੰਜੋ ਇਹ ਕਿਉਂ ਕੁੜੀ ਕਿੱਠੀ ਹੋਈ, ਉਹ ਇੱਕ ਨਾ ਯਾਰੇ ਲੱਗੀ ਬਰਨਾ ਤੇ ਦੂਜਿਆਂ ਨੇ ਪੜਦਾ ਕੀ ਆ, ਬੇਸਤਰੀ ਹੋ ਗਿਆ ਇੱਕ ਨਾ ਯਾਰੇ ਸਾਰੀ ਉਸਨੂੰ ਦੇਖਿਆ ਰਹੇ। ਅੱਲਾਹ ਕਾ ਨਬੀ ਨੇ ਫਰਮਾਇਓ ਬੇਸਤਰੀ ਔਰਤ ਪਰ ਅੱਲਾਹ ਕੀ ਲਾਨਤ, ਬੇਸਤਰਾ ਮਰਦ ਪਰ ਅੱਲਾਹ ਕੀ ਲਾਨਤ, ਗੁੱਜਰ ਨੇ ਲਾ ਲਿਓ ਕੱਛੋ, ਉਂਗਾ ਦੇ ਜਵਾਨ ਕੁੜੀ ਵੀ ਇਹ ਦੇਖਿਆ ਰਹੇ, ਉਂਗਾ ਦੇ ਜਵਾਨ ਧੀ ਇਹ ਦੇਖਿਆ ਰਹੇ, ਜਵਾਨ ਬਹੂ ਇਹ ਦੇਖਿਆ ਰਹੇ, ਉਂਗਾ ਦੇ ਮਾਂ ਵੀ ਦੇਖਿਆ ਰਹੇ, ਉਂਗਾ ਦੇ ਮਹੱਲਾ ਗਈ ਔਰਤ ਵੀ ਦੇਖਿਆ ਰਹੇ, ਉਹ ਮੁੰਡਿਆ ਕਿੰਗਾ ਚੱਲਿਓ, ਉਹ ਖਾਲਾ ਜਾਈਓ ਨਹਾਉਣ ਦਿਓ ਮੈਨੂੰ, ਚੱਲ ਭਾਈ ਲਾਈ ਮੋਟਰ ਤੇ ਮੁੰਡੋ ਨਾ ਯਾਰੇ ਲੱਗੋ, ਮਰਦ ਨਾ ਯਾਰੇ ਲੱਗੋ, ਕੱਛੋ ਲਾ ਲਈ ਉਹ ਮਰਦ ਨੇ, ਯੋ ਸਤਰ ਟੱਕਿਓ ਇਸਕੇ ਪਰ ਅੱਲਾ ਕੀ ਲਾਨਤ ਹੈ ਜਿਹੜੋ ਸਤਰ ਖੋਲ ਕੇ ਨਾ ਆਵੇ ਮਰਦਾਂ ਦੇ ਸਾਹਮਣੇ ਜਾਂ ਗੈਰ ਔਰਤਾਂ ਦੇ ਸਾਹਮਣੇ। ਮੈਂ ਲੋਕ ਡਿੱਠਾ ਨਾ ਪਾਈਆ ਗੋਡੀ ਕਰਤਾ ਮੱਕਾਂ ਕੀ ਕੱਛੋ ਲਾ ਗਏ, ਉੱਨੀ ਸਾਲ ਕੋ ਥੋ ਮੈਂ ਜਿਸ ਦਿਨ ਮੈਂ ਜੰਮੂ ਦੇ ਕੱਛੋ ਖਰੀਦ ਗਿਆ ਤਾਂ ਬੜੀ ਨਹਿਰ ਵੇ ਨਹਾਉ ਥੋ ਖਨੂਰ ਦੇ ਉਰਾ ਇੱਕ ਨਹਿਰ ਆਵੇ
ਮੈਨੂੰ ਹਦੀਸ ਕੋ ਪਤਾ ਨਹੀਂ ਤੋ, ਮੈਨੂੰ ਸ਼ਰੀਅਤ ਕੋ ਪਤਾ ਨਹੀਂ ਤੋ, ਮੈਨੂੰ ਇਸਲਾਮ ਕੋ ਪਤਾ ਨਹੀਂ ਤੋ, ਉਸ ਦਿਨ ਕੀ ਗਵਾਹੀ ਖੁਦ ਦੀਆਰੂੰ ਲੋਗੋ। 19 ਸਾਲ ਕੀ ਉਮਰ ਸੀ ਮੇਰੀ, ਔਰ ਮੈਂ ਜੰਮੂ ਦੇ ਉਹ 1.5 ਗੇਟ ਕੱਛੋ ਖਰੀਦਿਓ ਅਤੇ ਲੈ ਕੇ ਨਹਾਉਣੋ ਲੋਕਾਂ ਦੇ ਸਾਹਮਣੇ, ਛਾਲ ਸੁੱਟਣੀ ਬੜੀ ਨਹਿਰ ਦੇ ਅੰਦਰ, ਡੁੱਬ ਵੀ ਜਾਊਂ ਥੋ, ਤਰ ਵੀ ਜਾਊਂ ਥੋ, ਪੁਲਗਾ ਪਰੋ ਵੀ ਛਾਲ ਸੁੱਟੀ, ਤਾਰੀ ਸੋਹਣੀ ਦੀ ਸਹੀ, ਸਿੱਧੋ ਹੋ ਕੇ ਵੀ ਤਰਿਓ, ਪੁੱਠੋ ਹੋ ਕੇ ਵੀ ਤਰਿਓ, ਮਗਰ ਅੱਲਾ ਕੀ ਜ਼ਾਤ ਕੀ ਕੁਦਰਤ ਐਸੀ ਹੋਈ, ਜਿਸ ਵੇਲੇ ਬੁਹਾਰੀ ਸ਼ਰੀਫ ਪੜ੍ਹੀ, ਜਿਸ ਵੇਲੇ ਇਬਨ ਮਾਜਾ ਪੜ੍ਹੀ, ਅਬੂ ਦਾਊਦ ਪੜ੍ਹੀ, ਤਰਮੀਜ਼ੀ ਪੜ੍ਹੀ, ਮੁਸਲਮ ਸ਼ਰੀਫ ਪੜ੍ਹੀ, ਸ਼ਰੀਅਤ ਪੜ੍ਹੀ, ਹਦੀਸ ਪੜ੍ਹੀ, ਤਫਸੀਰ ਪੜ੍ਹੀ, ਕੁਰਾਨ ਪੜ੍ਹਿਓ, ਉਸ ਵੇਲੇ ਅੱਲਾ ਕੇ ਅੱਗੇ ਤੋਬਾ ਕਰ ਲਈ, ਅੱਜ ਦੇ ਬਾਅਦ ਰਾਤ ਹੀ ਕਾ ਜ਼ਮਾਨਾ ਵੇ ਨਹਾਉਂਗੋ ਜਾਂ ਫਿਰ ਪਰਦਾ ਵੇ ਨਹਾਉਂਗੋ। ਸਤਰ ਨਹੀਂ ਕੋ ਖੋਲੂ, ਕਸਮ ਹੈ ਖਾਧੀ, ਪਤੋ ਚੱਲ ਗਿਓ ਨੇ ਅੱਜ ਤਾਂ ਵੀ ਸਤਰ ਖੋਲਣੋ ਜਾਇਜ਼ ਨਹੀਂ ਹੈ, ਜੇ ਖੋਲਣੋ ਜਾਇਜ਼ ਹੋ ਤਾਂ ਮੈਂ ਵੀ ਇੱਕ ਨਹੀਂ ਨਹਾਉਂ ਥੋ। ਅੱਜ ਦੇ ਬਾਅਦ ਅਗਰ ਇਹ ਗੱਲ ਸੁਣ ਗਏ, ਇੱਕ ਮੇਰੋ ਸਕੋ ਮੋਸੋ ਥੋ, ਉਹ ਅੱਜ ਦੇ ਉੱਪਰ ਚੱਲਿਓ, ਉਸਨੇ ਇੱਕ ਦਿਨ ਐਸੋ ਕੰਮ ਕੀ ਹੋ ਕਿ ਮੋਟਰ ਦੇ ਉੱਪਰ ਨਾਇਰ ਲਗੋ, ਥੋੜ੍ਹਾ ਦਿਨ ਰਹਿ ਕੇ ਅੱਜ ਦੇ ਉੱਪਰ ਜਾਣੋ, ਮੋਟਰ ਦੇ ਉੱਪਰ ਨਾਇਰ ਲਗੋ, ਕੱਛੋ ਲਾ ਕੇ ਨਾਇਰ, ਉਂਗਾ ਤੇ ਮੈਂ ਵੀ ਆ ਗਿਓ, ਅਸਲਾਮ ਵਾਲੇਕੁਮ, ਵਾਲੇਕੁਮ ਸਲਾਮ, ਕੀ ਕਰੇ ਰੇ ਮੋਸਾ, ਨਾਇਰੂ ਲੱਗੋ ਮੁੰਡਿਆ, ਕਿ ਅੱਛਾ ਤੋ ਨਾਇਰ ਹੈ, ਅਦੇ ਤੋ ਜਾਇਰ ਹੈ ਕਿੰਗਾ, ਤਿਆਰੀ ਕਿੰਗਾ ਹੈ, ਕਿਤੇ ਨਹੀਂ ਇੱਥੇ ਡੇਰੇ, ਨਹੀਂ ਨਹੀਂ ਨੋ, ਅਦੇ ਤੋ ਡੇਰੇ ਹੀ ਹੈ ਮੋਸਾ, ਥੋੜ੍ਹਾ ਦਿਨਾਂ ਦੇ ਬਾਅਦ ਕਿੰਗਾ ਜਾਣੋ, ਮੱਕਾ ਨੋ, ਨਹੀਂ ਜਾ ਮੱਕਾ ਦੇ ਵਾਪਸ ਲੈ ਲੈ ਪੈਸਾ, ਕਿਉਂ, ਅਰੇ ਤੋ 20-17 ਹੋ ਗਏ ਅਤੇ ਹਿੰਦੁਸਤਾਨ ਵਿੱਚ ਨਾ ਆ ਰਹੇ, ਅਤੇ ਉੱਥੇ ਇੱਕ ਨਹੀਂ ਜਾ ਕੇ ਮੱਕਾ ਵੇ ਨਹਾਉਣੋ, ਅਤੇ ਤੈਂ ਦਾ ਕਾਬੋ ਵੀ ਉਹ ਤੋਂ ਬੇਇੱਜ਼ਤ ਕਰ ਲਿਓ ਲੋਕਾਂ ਵਿੱਚ, ਮੁੰਡਿਆ ਜੋ ਕੱਛੋ ਨਹੀਂ ਲਾਉਣੋ, ਨਾ ਨਾ ਜੀ ਮੋਸਾ, ਕੱਛੋ ਨਹੀਂ ਲਾਉਣੋ, ਕੱਛੋ ਨਾ ਕੇ ਨਹਾਉਣੋ ਜਾਇਜ਼ ਨਹੀਂ ਹੈ, ਮਾਰ ਦਿੰਦੇ, ਕੱਛੋ ਇਤਨੋ ਹੋਣੋ ਚਾਹੀਏ ਮਾਰ ਦੋ, ਤਾਂ ਕਿ ਉਹ ਇਤੋਂ ਲੱਕ ਦੀ ਲੈ ਕੇ ਤਾਂ ਦੋਣਾ ਜਨੂਆਂਗਾ ਥੱਲਾ ਤੁੜੀ ਆਵੇ, ਇਤਨੋ ਕੱਛੋ ਲਾ ਕੇ ਨਹਾ ਮੋਸਾ, ਅਰੇ ਮੁੰਡਿਆ ਜੋ ਪਤਾ ਹੀ ਨਹੀਂ, ਅੱਜ ਤੁੜੀ ਇੱਕ ਨੇ ਨਾ ਤਰਿਆ, ਹਾਂ ਤੋ ਛੋੜ ਕੇ ਮੈਂ ਵੀ ਨਾ ਤੁਰਿਓ ਮੋਸਾ, ਅਬੂ ਅੱਜ ਦੇ ਅੱਗੇ ਇਸ ਨੂੰ ਛੋੜ ਦੇ, ਆਲਾਂਗੇ ਇਨਸ਼ਾਅੱਲਾ, ਉਸ ਮੇਰਾ ਮੋਸਾ ਨੇ ਤੰਬਾਕੂ ਵੀ ਛੋੜ ਦਿੱਤੋ, ਜਣੇ ਉਹ ਤੰਬਾਕੂ ਨਸ਼ੋ ਵੀ ਛੋੜ ਦਿੱਤੋ ਮੇਰੀ ਸੁਣ ਗਏ, ਔਰ ਐਸੀ ਚੀਜ਼ ਲਾਣੀ ਵੀ ਛੋੜ ਦਿੱਤੀ, ਕੱਛਾ ਨਾਲ ਨਹਾਉਣੋ ਵੀ ਛੋੜ ਦਿੱਤੋ, ਤਾਂ ਅੱਲਾ ਕੀ ਜ਼ਾਤ ਜਿਸ ਨੂੰ ਹਦਾਇਤ ਦੀਏ ਤਾਂ ਉਸਨੂੰ ਇੱਕ ਨੁਕਤੋ ਹੀ ਹੋਏ, ਬਹਿਸ ਕਰ ਕੇ ਨਹੀਂ, ਉਹ ਤੋਂ ਇੱਕ ਨੁਕਤੋ ਹੀ ਹੋਏ, ਅਤੇ ਅੱਜ ਦੇ ਖਾਸਾ ਆਦਮੀਆਂ ਨੂੰ ਪਤੋ ਚੱਲ ਗਏ ਹੋ ਗਏ, ਜਿਕਰ ਨਾਮ ਉਹ ਲੋਕ ਜੋ ਕੱਛੋ ਲਾ ਕੇ ਨਹਾਵਾਂ ਉਹ ਮਾਰਾ ਲਈ ਜਾਇਜ਼, ਮਰਦ ਨੂੰ ਸਤਰ ਦੱਸਣੋ ਦੂਆ ਮਰਦ ਲਈ ਜਾਇਜ਼ ਨਹੀਂ ਹੈ। ਹਾਲਾਂਕਿ ਦੋਸਤ ਹੈ ਦੋਏ ਮੁੰਡਾ, ਦੋਏ ਲੜਕਾ, ਦੋਏ ਗੁੱਜਰ, ਦੋਏ ਸਾਥੀ, ਇੱਕ ਦੂਆ ਕਾ ਦੋਸਤ ਹੈ, ਇੱਕ ਨੇ ਕੱਛੋ ਲਾਇਓ, ਦੂਆ ਉਸ ਕੋਲ ਬੈਠੋ ਹੈ, ਦੇਖਿਆ ਰਹੇ ਲੱਗੋ ਉਸਨੂੰ, ਹਾਲਾਂਕਿ ਉਹ ਵੀ ਇਸਨੂੰ ਦੱਸਣੋ ਕ ਸਤਰ ਸਤਰ, ਮਰਦ ਨੂੰ ਮਰਦ ਨੇ ਹਰਾਮ ਹੈ, ਔਰਤ ਨੂੰ ਔਰਤ ਨੇ ਹਰਾਮ ਹੈ ਦੱਸਣੋ, ਅਮਨੋ ਪਤਾ ਹੀ ਨਹੀਂ, ਇਸ ਗੱਲ ਨੂੰ ਅਮ ਜਾਣਤਾ ਹੀ ਨਹੀਂ, ਜਾਂ ਗੱਲ ਅੱਜ ਤੋੜੀ ਅਮਨੇ ਸੁਣੀ ਨਹੀਂ, ਜਾਂ ਅਮਨੇ ਸ਼ਰੀਅਤ ਪੜ੍ਹੀ ਨਹੀਂ, ਇਸ ਉੱਪਰ ਅਮਨੇ ਅਮਲ ਕੀ ਹੋਈ ਨਹੀਂ, ਮਿਸਾਲ ਮੈਂ ਹੀ ਲਾ ਲਈ ਉਹ ਕੱਛੋ, ਮੇਰੀ ਜਵਾਨ ਧੀ ਹੈ ਇੰਗਾ ਦੇ ਦੇਖਿਆ ਰੇ, ਮੈਂ ਤਾਂ ਸਤਰ ਖੋਲ ਬੈਠੋ, ਅੱਲਾ ਕਾ ਨਬੀ ਨੇ ਕਿਉਂ ਲਾਣਾ ਤੇ ਉਸ ਮਰਦ ਦੇ ਉੱਪਰ ਜੜੋ ਸਤਰ ਖੋਲ ਕੇ ਚੱਲੇ, ਲਾਣਤ ਹੈ ਉਸ ਔਰਤ ਕੇ ਉੱਪਰ ਜਿਹੜੀ ਸਤਰ ਖੋਲ ਕੇ ਚੱਲੇ, ਸਾਰਿਆਂ ਦੇ ਬੜੋ ਪੁਆਇੰਟ ਹੀ ਹੋ ਕਿ ਅੱਲਾ ਕੀ ਜ਼ਾਤ ਸਾਰਿਆਂ ਨੂੰ ਹਦਾਇਤ ਫਰਮਾਵੇ, ਔਰ ਅੱਜ ਦੇ ਬਾਅਦ ਜੇ ਤੁਹਾਨੂੰ ਕਦੇ ਨਹਾਉਣੋ ਵੀ ਪੈ ਗਿਓ ਕਿਸੇ ਦੇ ਸਾਹਮਣੇ ਤਾਂ ਸਤਰ ਨੂੰ ਢੱਕ ਕੇ ਨਹਾਈਓ, ਅਤੇ ਅੱਲਾ ਕੀ ਜ਼ਾਤ ਨੇਕ ਰਸਤੇ ਸਾਰਿਆਂ ਨੂੰ ਲਾਵੇ, ਔਰ ਅੱਜ ਦੇ ਬਾਅਦ ਇਨਸ਼ਾਅੱਲਾ ਸਤਰ ਕੋ ਪਰਹੇਜ਼ ਕਰੇਗਾ ਸਾਰਾ, ਇਨਸ਼ਾਅੱਲਾ ਕਿਹੜੋ ਸਾਰਾ ਹੀ, ਕੱਲ ਨਹੀਂ ਉੱਠ ਕੇ ਗੁੱਜਰ ਕੱਛੋ ਲਾ ਕੇ ਨਾ, ਇਨਸ਼ਾਅੱਲਾ ਕਿੱਦ ਗਈ, ਅੱਲਾ ਕੇ ਨਬੀ ਨੂੰ ਗੁਸਲ ਦੇਣ ਲੱਗਾ,
ਹਜ਼ਰਤ ਅਲੀ ਦੇ ਇਬਨ ਇਬਾਸ ਹੁਣ ਦੇਖੋ ਪਹਿਲਾਂ ਖੁਦਾ ਕਾ ਨਬੀ ਨੂੰ ਗੁਸਲ ਕਿਕਮ ਦਿੱਤੋ ਇਹਨੇ ਕੀਤਾ ਤੇ ਆ ਤੇ ਹੁਣ ਵੀ ਦੇਖੇ ਕੋਈ ਨਹੀਂ ਨੰਗਾ ਬਦਨ ਨਵੇ ਗਰਮ ਦਾ ਹੁਣ ਵੀ ਦੇਖੇ ਕੋਈ ਨੀ ਨੰਗਾ ਬਦਨ ਨਵੇ ਗਰਮ ਦਾ ਹੈ ਇਹ ਬਹੁਤ ਬੇਅਦਬੀ ਬਾਰੀ ਕਰੋ ਹਜ਼ਾਰ ਸ਼ਰਮ ਦਾ ਕੀ ਆਖੇ ਦਰ ਇਹ ਆਵਾਜ਼ ਹਜ਼ਰਤ ਜਬਰ ਲਾਇਆ ਕੀ ਆਏ ਦਰ ਇਹ ਆਵਾਜ਼ ਹਜ਼ਰਤ ਜਬਰ ਲਾਇਆ ਸ਼ਾਇਆ ਲੇ ਫਰੇ ਕੋ ਜਾਮ ਬਦਨ ਨਵੇਂ ਲਾਇਆ ਅਲੀ ਇਬਾਸ ਲੱਗੇ ਫਿਰ ਦੇਵਣ ਗੁਸਲ ਨਵੇ ਤਾਈ ਅਲੀ ਇਬਾਸ ਲੱਗੇ ਫਿਰ ਦੇਵਣ ਗੁਸਲ ਨਵੇ ਤਾਈ ਅਲਗ ਨੂਰ ਦਯਮਲ ਬਰਸਨ ਹੋਇਆ ਤਾਨ ਸੁਹਾਈ ਅਕਰਮ ਤੇ ਅਸਾਮ ਦੋਨ ਪਾਣੀ ਦੇਣ ਖਲੋ ਤੇ ਅਕਰਮ ਤੇ ਅਸਾਮ ਦੋਨ ਪਾਣੀ ਦੇਣ ਖਲੋ ਤੇ ਓ ਹਸਨ ਹੁਸੈਨ ਵੀ ਦੋਨੋਂ ਬਾਰ ਬਾਰ ਦੇਵਨ ਲੋਟੇ ਅਕਰਮਾਂ ਦੇ ਅਸਾਮਾ ਜਿਹੜਾ ਹੈ ਇਹ ਵੀ ਨਵੀ ਪਾਕ ਆ ਦੋਤਾ ਹੈ ਹਸਨ ਅਤੇ ਹੁਸੈਨ ਵੀ ਦੋਤਾ ਹੈ ਦੋਤਰਾ ਅੱਲਾ ਕਾ ਨਵੀ ਕਾ